ਅੱਜ ਜੀ ਨੇ ਦੱਸਿਆ ਸੀਗਾ ਵੀ ਥੋੜ੍ਹਾ ਜਿਹਾ ਤੋਰਨਾ ਹੈ ਅਤੇ ਤਾਂ ਮੰਮੀ ਹੋਣੀ ਥੋੜ੍ਹਾ ਥੋੜ੍ਹਾ ਆਹਿਸਤਾ ਆਹਿਸਤਾ ਅੱਛਾ ਯਾਦ ਆਇਆ ਹੁਣੇ ਚਾਹੇ ਰਹਿ ਗਿਆ ਮੈਨੂੰ ਅਤੇ ਆਸੀਆ ਵਾਸਤੇ ਜੂਸ ਲੈ ਕੇ ਆਇਆ ਸੀਗਾ ਅਤੇ ਆਸੀਆ ਨੂੰ ਥੋੜ੍ਹੀ ਉਹ ਪਿਲਾਇਆ ਅਤੇ ਆ ਟ੍ਰਿਪ ਇੱਕ ਹੋਰ ਲਾ ਗਏ ਆਸੀਆ ਦੇ ਹੁਣ ਅਤੇ ਬਸ ਪਰੇਸ਼ਾਨ ਨਹੀਂ ਹੋਣਾ ਤਕਰੀਬਨ ਰਹਿ ਕੇ ਦੋ ਢਾਈ ਘੰਟੇ ਛੁੱਟੀ ਮਿਲ ਜਾਣੀ ਆਪਾਂ ਘਰ ਚੱਲ ਜਾਵਾਂਗੇ ਅਜੇ ਕਿੰਨੇ ਹੋਰ ਲੱਗਣੀ ਚਲੋ ਕੋਈ ਨਹੀਂ ਜਦੋਂ ਤੱਕ ਭਾਈ ਬਿਲਾਲ ਨੇ ਆਉਣਾ ਨਾ ਉਦੋਂ ਤੱਕ ਖਤਮ ਹੋ ਜਾਣੀ ਆ ਭਾਈ ਬਿਲਾਲ ਨੇ 9:30 ਆਉਣਾ ਇੱਥੇ ਤਕਰੀਬਨ ਉਸ ਟਾਈਮ ਤੱਕ ਖਤਮ ਹੋ ਜਾਣੀਆਂ ਅਤੇ ਪਤਨੀ ਹੁਣ ਮਾਮੀ ਦੇ ਨਾਲ ਅਹਿਮਦ ਆਉਂਦਾ ਜਾਂ ਹਮਜ਼ਾ ਆਉਂਦਾ ਉਹ ਵੀ ਤਕਰੀਬਨ ਪਹੁੰਚਣੇ ਵਾਲੇ ਆ ਹਮਨਾ ਵੀ ਰਾਤ ਆਈ ਸੀ ਹਮਨਾ ਬੇਟੀ ਨੇ ਫਿਰ ਸਕੂਲ ਜਾਣਾ ਸੀ ਫਿਰ ਮਾਮੀ ਹੁਣੇ ਨਾ ਸੁਬਹਾ 4 ਵਜੇ ਚਲੇ ਗਏ ਸੀ ਇੱਥੋਂ ਅਤੇ ਨਾਲੇ ਧਾਰਾਂ ਕੱਢੀ ਆਊਗੀ ਮਾਮੀ ਅਤੇ ਉਸ ਤੋਂ ਬਾਅਦ 'ਚ ਛੋਟਾ ਮੋਟਾ ਜਿਹੜਾ ਕੰਮ ਉਹ ਵੀ ਕਰਕੇ ਅਤੇ ਆ ਜਾਊਗੀ ਹੋਰ ਕਿੱਦਾਂ ਤਬੀਅਤ ਬੁਖਾਰ ਨਹੀਂ ਹੋ ਗਿਆ ਤੁਹਾਨੂੰ ਅੱਜ ਮੈਂ ਆਸੀ ਦਾ ਸਿਹਤ ਪਾਉਂਦਾ ਰਿਹਾ ਆਸੀ ਨੂੰ ਕਾਫੀ ਬੁਖਾਰ ਸੀਗਾ ਲੇਕਿਨ ਆਹ ਹੁਣ ਜਿਹੜੀ ਟ੍ਰਿਪ ਲਈ ਨਾ ਇਹਨਾਂ ਕੋਲ ਫਰਕ ਪੈ ਜਾਏਗਾ ਡਾਕਟਰ ਆਉਂਦਾ ਨਾ ਨਾਲ ਚੈੱਕਅਪ ਕਰੂਗਾ ਲੱਗ ਜਾਊ ਪਤਾ ਵੈਸੇ ਕੱਲ੍ਹ ਤਾਂ ਬੁਖਾਰ ਕੋਈ ਨਹੀਂ ਸੀਗਾ ਜੂਸ ਦੇਵਾਂ ਹੋਰ ਪੀਣੀ ਜਾਂ ਨਹੀਂ ਪਾਣੀ ਦੇਵਾਂ ਚਲੋ ਠੀਕ ਆ ਮੈਂ ਪਾਣੀ ਦੇਵਾਂ ਹਾਂਜੀ ਬਹੁਤ ਤੁਸੀਂ ਜੂਸ ਪੀਣਾ ਲਿਆਵਾਂ ਜੂਸ ਚਲੋ ਠੀਕ ਮੈਂ ਆਪਣੇ ਬੈਠਣਾ ਜੂਸ ਦਿੰਦਾ ਚੱਲ ਬੈਠ ਉੱਠ ਕੇ ਪਿਆਰਾ ਲੱਗਦਾ ਦੋ ਲਾ ਲਿਓ ਬੇਟਾ ਇੱਕ ਮਿੰਟ ਮੇਰੇ ਬੇਟਾ ਢੱਕਣ ਪਕੜੋ ਤੂੰ ਢੱਕਣ ਪਕੜ ਲੈਣਾ ਦੱਸਿਓ ਕਿੰਨਾ ਕੁ ਪੀਣਾ ਤਾਂ ਬਸ ਇੰਨਾ ਕੁ ਪੀ ਲਿਓ ਨਾ ਫਿਰ ਹੋਰ ਪੀ ਲਿਓ ਮੋਹੀ ਬੈਠਾ ਫੀਡਰ ਤਾਂ ਛੱਡ ਹੀ ਜਾਊਗਾ ਮੈਨੂੰ ਲੱਗਦਾ ਇਸ ਹਿਸਾਬ ਇੱਕ ਦਿਨ ਨਹੀਂ ਮੰਗਿਆ ਮੇਰੇ ਪੁੱਤ ਨੇ ਫੀਡਰ ਮੈਂ ਜੂਸ ਪੀ ਲੈਣਾ ਜਾਂ ਬੋਤਲ ਪੀ ਲੈਣੀ ਜਾਂ ਔਰ ਵਗੈਰਾ ਕੁਝ ਹੋਰ ਖਾ ਲੈਣਾ ਹੁੰਦਾ ਇਹਨੇ ਆ ਛੁੱਟੀ ਮਿਲ ਜਾਣੀ ਅੱਜ ਅਸੀਂ ਆਪਣੇ ਘਰ ਚਲ ਜਾਣ ਹਾਂ ਜੂਸ ਤੇਰੀ ਮੰਮਾ ਵਾਸਤੇ ਲੈ ਕੇ ਜਾਵਾਂਗੇ ਨਾ ਅਤੇ ਤੁਸੀਂ ਵੀ ਨਾਲ ਪੀ ਲਿਓ ਠੀਕ ਹੈ ਨਾ ਮੋਬਾਇਲ ਨਾ ਨੀਚੇ ਲੈ ਲਿਓ ਮੇਰਾ ਠੀਕ ਹੈ ਨਾ ਚਲੋ ਮੇਰੇ ਬੇਟਾ ਸਿੱਧਾ ਹੋ ਪੈ ਜਾਓ ਡਾਕਟਰ ਨੇ ਕੱਲ੍ਹ ਕਿਹਾ ਸੀ ਰਾਤੀ ਤੁਹਾਨੂੰ ਅਸੀਂ ਨਾ ਥੋੜ੍ਹਾ ਜਿਹਾ ਤੋਰੇ ਫੇਰਿਆ ਸੀਗਾ ਅਤੇ ਆਹ ਹੁਣ ਟ੍ਰਿਪ ਖਤਮ ਹੋ ਗਈ ਨਾ ਡਾਕਟਰ ਫੇਰ ਕਹਿਣਗੇ ਥੋੜ੍ਹੀ ਬਹੁਤਾ ਤੋਰੇ ਫੇਰੇ ਤੁਹਾਨੂੰ ਨਾਲੇ ਮਾਮੀ ਆ ਜਾਊਗੀ ਨਾ ਉਦੋਂ ਤੱਕ ਇਹ ਨਾ ਅੱਗੇ ਤਾਂ ਤੁਹਾਨੂੰ ਬਿਠਾ ਲਿਆ ਸੀ ਨਾ ਮੈਂ ਥੋੜ੍ਹੀ ਦੇਰ ਚਲੋ ਕੋਈ ਨਹੀਂ ਹੋਣਾ ਜਿੰਨੀ ਦੇਰ ਟ੍ਰਿਪ ਨਹੀਂ ਖਤਮ ਹੁੰਦੀ ਉੰਨੀ ਦੇਰ ਤਾਂ ਕੁਛ ਨਹੀਂ ਹੋਣਾ ਅਤੇ ਲੇਕਿਨ ਇਹਨੂੰ ਟਾਈਮ ਕਾਫੀ ਸਾਰਾ ਲੱਗ ਜਾਣਾ ਵਾ ਆਸਤਾ ਚੱਲਣ ਡਈ ਬਿਲਕੁਲ ਆਸਤਾ ਜੀ ਲਾਈ ਉਹਨਾਂ ਨੇ ਸਹੀ ਆ ਚਲੋ ਠੀਕ ਹੈ ਮੈਂ ਨਾ ਚਾਏ ਪੀ ਲਾਂਗੀ ਹੋਰ ਤੁਸੀਂ ਕੌਣ ਕਰੋ ਮੈਂ ਮਨਜੀਤ ਭਾਈ ਅਹਿਮਦ ਵੀ ਆ ਗਏ ਰਸ ਕਿੰਨੇ ਖਾਣੇ ਆ ਤੁਸੀਂ ਰਸ ਖਾਣੇ ਘਰ ਤਾਂ ਤੁਸੀਂ ਰਸ ਖਾਂਦੇ ਨਹੀਂ ਮੈਂ ਬਾਜ਼ਾਰ ਵਾਲਾ ਰਸ ਲੈ ਕੇ ਆਵਾਂ ਆਪਣੇ ਬੇਟੇ ਲਈ ਰਸ ਲੈ ਕੇ ਆਵਾਂ ਤੁਹਾਡੇ ਲਈ ਚਲੋ ਸਹੀ ਮੈਂ ਤੁਹਾਨੂੰ ਲਿਆ ਕੇ ਆਉਂਦਾ ਠੀਕ ਹੈ ਨਾ ਅੱਗੇ ਤਾਂ ਆਪਣੀ ਮੰਮਾ ਵਾਲੀ ਜਿਹੜੀ ਜੂਸ ਦੀ ਬੋਤਲ ਉਹ ਤਾਂ ਸਾਰੀ ਤੁਸੀਂ ਖੁਦ ਪੀ ਲਈ ਆਸੀਆਂ ਚਾਹੇ ਨਹੀਂ ਪਿਲਾਈ ਜੂਸ ਪਿਲਾਇਆ ਹਾਂ ਜੂਸ ਪਿਲਾਇਆ ਹਾਂਜੀ ਅਤੇ ਬਸ ਆ ਵੱਡੀ ਬੋਤਲ ਹੈਗੀ ਆ ਦੂਸਰੀ ਵੀ ਖਤਮ ਹੋ ਚੱਲੀ ਛੋਟੀ ਇਸ ਤੋਂ ਬਾਅਦ ਲੜ ਕੇ ਖੈਰ ਹਾਂ ਤਾਂ ਛੁੱਟੀ ਮਿਲ ਜਾਏਗੀ ਡੇਢ ਕੁ ਘੰਟਾ ਰਹਿ ਗਿਆ ਹੁਣ ਡੇਢ ਘੰਟਾ ਸਕੂਨ ਕਰੋ ਨਹੀਂ ਨਹੀਂ ਬਿਲਾਲ ਭਾਈ ਦੱਸ ਦਿਓ ਜੀ ਤਕਰੀਬਨ ਨਾ ਉਹਨੇ ਆ ਜਾਣਾ 9:30 ਤੱਕ ਉਹ ਕਹਿੰਦਾ ਛੁੱਟੀ ਮੈਂ ਉੱਥੇ ਲੈ ਦੂੰਗਾ ਤੁਹਾਨੂੰ ਅਤੇ ਚੜ ਜਾਓ ਤੁਸੀਂ ਚਲੋ ਪੀ ਲਓ ਚਾਹੇ ਤੁਸੀਂ ਵੀ ਮੈਂ ਤਾਂ ਅੱਗੇ ਪੀ ਲਈ ਆ ਹਾਂਜੀ ਚਲੋ ਆਪਣੇ ਮਾਮੂ ਨਾਲ ਚੱਲ ਜਾਓ ਠੀਕ ਹੈ ਨਾ ਅਸੀਂ ਥੋੜ੍ਹੀ ਦੇਰ ਬਾਅਦ ਆ ਜਾਣਾ ਚੱਲ ਜਾ ਮੇਰਾ ਬੇਟਾ
चल जाओगे ना? चलो मेरे पुत्र, दो रातें रह लेंगे तुम मामू ना, चल जाना पुत्र। तेरा दिल की कहता है कितने रहना है? चलो मेरे पास चल जा मामू ना, ठीक है? फर्क है का? चल आज किन्नी पीनी जाए, थोड़ी मामी मनु दे दियो। देखो ना किन्ना याद, रात मैंने सुता पे तो कहता सुबह जिस टाइम उठा ना मैं क्या पुत उठ जा ना जूस पी ला तो आ छुट्टी मिल जानी इस घर चल जाना। कहता पापा जी गल इस तरह मेरी एक चप्पल नानी के घर आते जाते वह भी चकल जाए सही। कहना मेरी ना चप्पल नानी के घरों जाते जाते चकनी, तो मैं क्या चलो ठीक है पुत साडा होर समान भी है तो भी चकना अभी तो। दवाई लैनी दोबारा आना जी नहीं आना हाँ जी कार से आना तो लाने हिसाब किताब डॉक्टर एक बार चेक करूंगा ना अमीत तो बड़ी छुट्टी मिल जानी। मैं हम तेन पैसे दे दवा जो समान लै जाना फिर लै जाए ठीक नहीं ये भाई नीचे खड़ी कर देना हाथ पहुंच जाना थोड़ा हाँ फुल तेज कर दे बस बस मन ना कर दी चल लेट जाओ चल मोजी तुम भी उत्तर बैठो बैर तुम की करना